ਵੀਰ ਅਸੀਂ ਨਵੇਂ ਸ਼ਹਿਰ ਤੋਂ ਪੰਜਾਬ ਤੋਂ ਆਏ ਹਾਂ, ਤਾਂ ਅਸੀਂ ਅਮਰੀਕਾ ਤੋਂ ਆਏ ਹਾਂ, ਬੜੇ ਦੁੱਖ ਦੀ ਗੱਲ ਆ। ਅੱਜ ਸਾਡਾ ਵੱਡਾ ਵੀਰ ਸਾਡੇ 'ਚ ਹੈ ਨਹੀਂ, ਬਹੁਤ ਅਫਸੋਸ ਆ ਇਸ ਗੱਲ ਦਾ। ਸਭ ਤੋਂ ਵੱਡਾ ਸਾਰੀ ਅਫਸੋਸ ਇਸ ਗੱਲ ਦਾ ਆ ਸਾਡੀਆਂ ਮਾੜੀਆਂ ਸਰਕਾਰਾਂ, ਮਾੜੀ ਰਾਜਨੀਤੀ ਜਿਹੜੀ ਹੁਣ ਤਾਂ ਇਨਸਾਫ਼ ਦੀ ਦੁਆ। ਅੱਜ 8 ਮਹੀਨੇ ਹੋ ਗਏ ਇਨਸਾਫ਼ ਨਹੀਂ ਮਿਲਿਆ, ਕਿਵੇਂ ਦੇਖਦੇ ਹੋ? ਬਹੁਤ ਮਾੜਾ ਲੱਗਿਆ ਵੀਰ, ਦੇਖ ਕੇ ਰੋਣਾ ਆਉਂਦਾ। ਇਕੱਲਾ ਹੀ ਇਕੱਲਾ ਪੁੱਤ ਸੀ ਮਾਪਿਆਂ ਦਾ, ਕੀ ਕੁਛ ਮਾੜੀਆਂ ਸਰਕਾਰਾਂ ਕਰਕੇ ਕੁਛ ਹੋਇਆ। ਜੇ ਭਰਾ ਅੱਜ ਜਿੰਦਾ ਹੁੰਦਾ ਇਹ ਕੁਛ ਨਾ ਹੁੰਦਾ। ਉਹੀ ਸਰਕਾਰਾਂ ਜਿਹਨਾਂ ਨੇ ਹੁਣ ਤਾਂ ਇਨਸਾਫ਼ ਨਹੀਂ ਦਿੱਤਾ ਉਹਨੂੰ, ਅਤੇ ਮਾਂ ਪਿਓ ਕਿੰਨੇ ਦੁਖੀ ਜਿਹੜੇ ਹਜੇ ਤਾਂ ਰੋਣਾ ਦੇ ਤੁਰੇ ਫਿਰ ਇਨਸਾਫ਼ ਮੰਗ ਲਿਆ। ਕਿਹਨੇ ਪਲਾਨ ਕੀ ਸੀ ਇੱਥੇ ਆਉਣ ਦਾ? ਮਤਲਬ ਸਪੈਸ਼ਲ ਵੀ ਸਪੈਸ਼ਲ ਆਏ ਹਾਂ, ਅਮਰੀਕਾ ਤੋਂ ਆਏ ਹਾਂ ਪਹਿਲਾਂ, ਆਪਣੇ ਪਿੰਡੋਂ ਸਪੈਸ਼ਲ ਮੈਨ ਆਏ। ਕਦੋਂ ਤੋਂ ਫੋਲੋ ਕਰਦੇ ਸੀ ਸਿੱਧੂ ਨੂੰ? ਕੌਣ ਕੌਣ ਫੋਲੋ ਕਰਦਾ? ਵੀਰ ਅਸੀਂ ਸਾਰੇ ਫੋਲੋ ਕਰਦੇ ਹਾਂ, ਬੱਚੇ ਬੱਚੇ ਫੋਲੋ ਕਰਦੇ ਆ। ਸਿੱਧੂ ਬਾਈ ਦਾ ਇੰਨਾ ਕੁ ਪਿਆਰ ਆ, ਮੇਰੇ ਤਾਂ ਨਾਲ ਦੀ ਨੇ ਬਾਈ ਪਰ ਮਿਲੀ ਨੇ ਉਹਦਾ ਟੈਟੂ ਬਣਾ ਕੇ ਰੱਖਿਆ ਪਿਆ। ਜਿਸ ਦਿਨ ਸਾਨੂੰ ਖਬਰੇ ਪਤਾ ਲੱਗੀ, ਨਿਊਜ਼ ਪਤਾ ਲੱਗੀ ਸਿੱਧੂ ਬਾਈ ਨਹੀਂ ਰਿਹਾ ਦੁਨੀਆਂ ਤੋਂ, ਪੂਰਾ ਹੋ ਗਿਆ। ਉਹਦਾ 2 ਦਿਨ ਰੋਟੀ ਖਾਣ ਦਾ ਹਾਂ ਨਹੀਂ ਹੋਈ ਸੀ, ਉਸ ਵਿੱਚ ਚੰਗੇ ਨਹੀਂ ਲੱਗੀ ਰੋਟੀ। ਭਾਅ ਜੀ ਇੱਥੇ ਕਿੱਦਾਂ ਹੋਇਆ ਸੀ ਸਿੱਧੂ ਭਾਅ ਜੀ ਦਾ? ਪਹਿਲਾਂ ਤਾਂ ਯਕੀਨ ਨਹੀਂ ਹੋ ਰਿਹਾ ਸੀ ਕਿੱਦਾਂ ਹੋ ਗਏ ਆ, ਪਰ ਬਾਅਦ ਵਿੱਚ ਜਦੋਂ ਪਤਾ ਲੱਗਿਆ ਸੱਚੀ ਇੱਦਾਂ ਹੋਈ, ਬਹੁਤ ਜ਼ਿਆਦਾ ਦੁੱਖ ਹੋਇਆ, ਕਿਉਂਕਿ ਮੇਰੇ ਛੋਟੇ ਭਰਾ ਦਾ ਵੀ ਡੈਥ ਹੋ ਗਈ ਸੀ। ਅਤੇ ਉਸ ਦਿਨ ਰੀਅਲ ਲਾਈਕ ਯਾਦ ਆਇਆ ਬਹੁਤ ਜ਼ਿਆਦਾ, ਉਹਨਾਂ ਦਾ ਵੀ ਬਹੁਤ ਮਿਸ ਕਰਦੇ ਹਾਂ ਲਾਈਕ ਰੇਡੀਓ, ਬਹੁਤ ਮਾੜਾ ਤਾਂ ਉਹਨਾਂ ਨੂੰ ਸਾਥ ਮਿਲਣਾ ਚਾਹੀਦਾ।